ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਹਵਾਈ ਜਹਾਜ਼ ਵਿੱਚ ਕੁਝ ਅਜਿਹੇ ਵੀ ਸੀਕ੍ਰੇਟ ਰੂਮ ਹੁੰਦੇ ਹਨ ਜਿੱਥੇ ਕਿਸੇ ਵੀ ਆਮ ਵਿਅਕਤੀ ਨੂੰ ਨਹੀਂ ਜਾਣ ਦਿੱਤਾ ਜਾਂਦਾ ਹੈ ਪਰ ਆਖਿਰ ਇਹ ਰੂਮ ਕਿਸ ਕੰਮ ਲਈ ਬਣਾਏ ਜਾਂਦੇ ਹਨ ਤੇ ਇੱਥੇ ਕਿਸੇ ਵੀ ਆਮ ਵਿਅਕਤੀ ਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਹੈ ਤਾਂ ਚਲੋ ਜਾਣਦੇ ਹਾਂ ਦੋਸਤੋ ਜ਼ਿਆਦਾਤਰ ਫਲਾਈਟ ਲਈ ਇਸਤੇਮਾਲ ਹੋਣ ਵਾਲੇ ਏਅਰਕ੍ਰਾਫਟ ਬੋਇੰਗ 777 ਤੇ 787 ਹੁੰਦੇ ਹਨ ਇਹਨਾਂ ਜਹਾਜ਼ਾਂ ਵਿੱਚ ਕੈਬਿਨ ਦੇ ਲਾਗੇ ਸੀਕ੍ਰੇਟ ਪੌੜੀਆਂ ਹੁੰਦੀਆਂ ਹਨ ਜੋ ਸਿੱਧਾ ਸੀਕ੍ਰੇਟ ਰੂਮ ਵਿੱਚ ਜਾਂਦੀਆਂ ਹਨ ਜਿੱਥੇ ਯਾਤਰੀਆਂ ਦਾ ਜਾਣਾ ਮਨਾ ਹੁੰਦਾ ਹੈ ਕਿਉਂਕਿ ਇਹ ਸੀਕ੍ਰੇਟ ਰੂਮ ਹਵਾਈ ਜਹਾਜ਼ ਵਿੱਚ ਕੰਮ ਕਰਨ ਵਾਲੇ ਸਟਾਫ ਤੇ ਪਾਇਲਟ ਲਈ ਹੁੰਦਾ ਹੈ ਇਹਨਾਂ ਕਮਰਿਆਂ ਦਾ ਇਸਤੇਮਾਲ ਕਰਨ ਲਈ ਸੀਕ੍ਰੇਟ ਕੋਡ ਵੀ ਹੁੰਦੇ ਹਨ ਇਸ ਰੂਮ ਵਿੱਚ ਲਗਭਗ 10 ਬੈੱਡ ਲੱਗੇ ਹੁੰਦੇ ਹਨ ਇਹ ਰੂਮ ਇਸ ਲਈ ਬਣਾਏ ਜਾਂਦੇ ਹਨ ਤਾਂ ਕਿ 에ਅਰ ਹੋਸਟਸ ਅਤੇ ਪਾਇਲਟ ਇਹਨਾਂ ਰੂਮਾਂ ਵਿੱਚ ਥੋੜੀ ਦੇਰ ਆਰਾਮ ਕਰ ਸਕਣ ਪਰ ਹਵਾਈ ਜਹਾਜ਼ ਦਾ ਕਰੂ ਹਵਾਈ ਜਹਾਜ਼ ਦੇ ਟੇਕ ਆਫ ਅਤੇ ਲੈਂਡਿੰਗ ਦੇ ਸਮੇਂ ਇਹਨਾਂ ਰੂਮਾਂ ਦਾ ਇਸਤੇਮਾਲ ਨਹੀਂ ਕਰ ਸਕਦਾ ਹੈ ਪਰ ਜਦੋਂ ਹਵਾਈ ਜਹਾਜ਼ ਜ਼ਿਆਦਾ ਉਚਾਈ ਤੇ ਚੜਿਆ ਜਾਂਦਾ ਹੈ ਤਾਂ ਕਰੂ ਇਹਨਾਂ ਰੂਮਾਂ ਦਾ ਇਸਤੇਮਾਲ ਕਰ ਸਕਦਾ ਹੈ।